ਭਾਈ ਦਇਆ ਸਿੰਘ ਵਰਗੇ ਨਾ ਘੋੜਿਆਂ ਦੀਆਂ ਕਾਠੀਆਂ ਤੋਂ ਫੱਟੇ ਪੁਰਾਣੇ ਕੰਬਲ ਲਾ ਕੇ ਜੋੜ ਕੇ ਇੱਕ ਪਾਸੇ ਵਿਛਾ ਦਿੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਕੋਲ ਆ ਕੇ ਭਾਈ ਦਇਆ ਸਿੰਘ ਕਹਿੰਦਾ, ਸਤਿਗੁਰੂ ਤੁਹਾਡੇ ਆਸਣ ਤਿਆਰ ਨੇ ਪਾਤਸ਼ਾਹ, ਤੁਸੀਂ ਸੌ ਜਾਓ, ਆਰਾਮ ਕਰ ਲਓ। ਭਾਈ ਦਇਆ ਸਿੰਘ ਦੇ ਨਾਲ ਚੱਲ ਵੜਦੇ ਨੇ ਪਾਤਸ਼ਾਹ, ਕਿੱਥੇ ਆਸਣ ਸਾਡੇ? ਭਾਈ ਦਇਆ ਸਿੰਘ ਵਿਛਾ ਦਿੰਦਾ ਉਹ ਜਿਹੜੀਆਂ ਘੋੜਿਆਂ ਦੀਆਂ ਕਾਠੀਆਂ ਤੇ ਕੰਬਲ ਨੇ ਫੱਟੇ ਪੁਰਾਣੇ, ਸਤਿਗੁਰੂ ਆਹ ਆਸਣ ਹੈ ਤੁਹਾਡਾ, ਇਹਤੇ ਸੌ ਜਾਓ। ਪਾਤਸ਼ਾਹ ਕਹਿੰਦੇ, ਆਹ ਆਸਣ ਸਾਡਾ? ਭਾਈ ਦਇਆ ਸਿੰਘ ਕਹਿੰਦਾ, ਹਾਂ ਸਤਿਗੁਰੂ ਤੁਹਾਡਾ। ਦਇਆ ਸਿੰਘ ਨੂੰ ਗਲਵੱਕੜੀ ਚ ਲੈ ਕੇ ਪਾਤਸ਼ਾਹ ਕਹਿੰਦੇ, ਦਇਆ ਸਿੰਘ ਬਾਕੀ ਸਿੱਖ ਕਿਵੇਂ ਪਏ ਨੇ? ਉਹ ਵੇਖ ਰੇਤੇ ਚ ਪਏ ਨੇ ਨਾ, ਧਰਤੀ ਤੇ ਪਏ ਨੇ, ਇਹਨਾਂ ਕੋਲ ਨਾ ਥੱਲੇ ਵਿਛਾਉਣ ਨੂੰ ਕੁਝ ਹੈ ਤੇ ਨਾ ਉੱਪਰ ਲੈਣ ਨੂੰ ਕੁਝ ਹੈ। ਦਇਆ ਸਿੰਘ, ਜਦੋਂ ਆਨੰਦਪੁਰ ਸਾਹਿਬ ਚ ਆਪਾਂ ਰਹਿੰਦੇ ਹੁੰਦੇ ਸੀ ਉਦੋਂ ਸਾਡਾ ਆਸਣ ਕਿਵੇਂ ਦਾ ਹੁੰਦਾ ਸੀ? ਦਇਆ ਸਿੰਘ ਕਹਿੰਦਾ, ਸਤਿਗੁਰੂ ਮਖਮਲੀ ਸੇਜਾਂ ਵਿਛੀਆਂ ਹੁੰਦੀਆਂ ਸੀ, ਮਖਮਲੀ ਰਜਾਈਆਂ ਤੁਹਾਡੇ ਉੱਪਰ ਹੁੰਦੀਆਂ ਸੀ। ਪਾਤਸ਼ਾਹ ਕਹਿੰਦੇ, ਸਾਡਾ ਆਸਣ ਇਵੇਂ ਦਾ ਹੁੰਦਾ ਸੀ? ਦਇਆ ਸਿੰਘ ਕਹਿੰਦਾ, ਹਾਂ ਸਤਿਗੁਰੂ ਇਵੇਂ ਦਾ ਹੁੰਦਾ ਸੀ। ਪਾਤਸ਼ਾਹ ਕਹਿੰਦੇ, ਤੁਹਾਡਾ ਆਸਣ ਕਿਵੇਂ ਦਾ ਹੁੰਦਾ ਸੀ? ਪਾਤਸ਼ਾਹ, ਅਸੀਂ ਵੀ ਮਖਮਲੀ ਸੇਜਾਂ ਤੇ ਸੌਂਦੇ ਸੀ। ਫਿਰ ਪਾਤਸ਼ਾਹ ਕਹਿੰਦੇ, ਇੱਕੋ ਜਿਹਾ ਹੁੰਦਾ ਸੀ ਨਾ ਆਪਣਾ? ਦਇਆ ਸਿੰਘ ਕਹਿੰਦਾ, ਹਾਂ ਸਤਿਗੁਰੂ ਇੱਕੋ ਜਿਹਾ ਹੁੰਦਾ ਸੀ। ਤੇ ਪਾਤਸ਼ਾਹ ਕਹਿੰਦੇ, ਫਿਰ ਅੱਜ ਇਸ ਗੜੀ ਚ ਬਿਤਕਰਾ ਕਿਉਂ ਕਰਦਾ? ਮੇਰੀ ਖਾਤਰ ਕੰਬਲ ਵਿਛਾ ਦਿੱਤੇ ਨੇ ਤੇ ਮੇਰੇ ਪੁੱਤ ਰੇਤੇ ਚ ਸੌ ਰਹੇ ਨੇ। ਦਇਆ ਸਿੰਘ, ਜਿਹੜੇ ਬਾਪ ਦਾ ਪੁੱਤ ਧਰਤੀ ਤੇ ਭੁੰਜੇ ਰੇਤੇ ਚ ਸੁੱਤਾ ਪਿਆ ਹੋਵੇ, ਉਸ ਬਾਪ ਨੂੰ ਬਿਸਤਰਿਆਂ ਤੇ ਨੀਂਦ ਕਿੱਥੇ ਆਏਗੀ? ਯੋਗੀ ਅੱਲਾ ਯਾਰ ਖਾਂ ਨੇ ਲਿਖਿਆ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਦਿੱਤਾ, ਸੋਏ ਹੋਏ ਹੈ ਖਾਲਸਾ ਆਜ ਖੁਦ ਜ਼ਮੀਨ ਪਰ। ਦਇਆ ਸਿੰਘ, ਖਾਲਸਾ ਜ਼ਮੀਨ ਤੇ ਸੁੱਤਾ ਹੋਇਆ ਹੈ। ਸੋਏ ਹੋਏ ਹੈ ਖਾਲਸਾ ਆਜ ਖੁਦ ਜ਼ਮੀਨ ਪਰ, ਨੀਂਦ ਕੈਸੇ ਆਏ ਹਮੇ ਸ਼ਹਿ ਨਸ਼ੀ ਪਰ। ਦਇਆ ਸਿੰਘ, ਮੈਨੂੰ ਨੀਂਦ ਇੱਥੇ ਕਿੱਥੇ ਆਈ? ਅੱਜ ਮਖਮਲੀ ਗਲੀਚਿਆਂ ਚ ਸੌਣ ਵਾਲਿਆ ਸਿੱਖਾ, ਮਖਮਲੀ ਗਲੀਚੇ ਵਿਛਾਉਣ ਵਾਲਿਆ, ਮਹਿੰਗੀਆਂ ਸੇਜਾਂ ਹੰਢਾਉਣ ਵਾਲਿਆ, ਚਮਕੌਰ ਦੇ ਇਤਿਹਾਸ ਨੂੰ ਪੜ੍ਹੀ ਕਦੇ? ਤੂੰ ਜਿਹੜਾ ਨਿੱਘ ਮਾਣਦਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਡੁੱਲੇ ਹੋਏ ਖੂਨ ਦਾ ਨਿੱਘ ਹੈ, ਤੂੰ ਉਹਨਾਂ ਨੂੰ ਵਿਸਾਰ ਨਾ, ਉਹਨਾਂ ਨੂੰ ਭੁਲਾ ਨਾ। ਤੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਸੋਏ ਹੋਏ ਹੈ ਖਾਲਸਾ ਆਜ ਖੁਦ ਜ਼ਮੀਨ ਪਰ, ਨੀਂਦ ਕੈਸੇ ਆਏ ਹਮੇ ਸ਼ਹਿ ਨਸ਼ੀਨ ਪਰ। ਦਇਆ ਸਿੰਘ, ਸਾਨੂੰ ਇੱਥੇ ਨੀਂਦ ਕਿਵੇਂ ਆਏਗੀ? ਪੁੱਤ ਤੁਸੀਂ ਸੌਂ ਜਾਓ। ਸਤਿਗੁਰੂ, ਤੁਸੀਂ ਪਾਤਸ਼ਾਹ ਕਹਿੰਦੇ ਸੀ ਟਹਿਲਾਂਗੇ ਨਾਲੇ ਪਹਿਰਾ ਦਿਆਂਗੇ। ਭਾਈ ਮਦਨ ਸਿੰਘ ਕਾਠਾ ਸਿੰਘ ਨੂੰ ਕਹਿੰਦੇ ਨੇ, ਤੁਸੀਂ ਵੀ ਸੌਂ ਜਾਓ ਜਿਹੜੇ ਗੜੀ ਦੇ ਦਰਵਾਜ਼ੇ ਤੇ ਸੇਵਾ ਕਰਦੇ ਨੇ, ਸੌਂ ਜਾਓ ਅਸੀਂ ਪਹਿਰਾ ਦਿਆਂਗੇ। ਤੇ ਸਿੱਖ ਸੌਂ ਜਾਂਦੇ ਨੇ, ਧਰਤੀ ਤੇ ਸੁੱਤੇ ਪਏ ਨੇ, ਜਿਹੜੇ ਜ਼ਖਮੀ ਨੇ, ਕਿਸੇ ਦਾ ਮੱਥਾ ਸੁੱਜਿਆ ਹੋਇਆ ਹੈ, ਕਿਸੇ ਦੇ ਪੈਰ ਤੇ ਫੱਟ ਹੈ, ਕਿਸੇ ਦੀ ਘੰਡੀ ਤੇ ਫੱਟ ਹੈ, ਕਿਸੇ ਦੇ ਮੱਥੇ 'ਚ ਫੱਟ ਹੈ, ਕਿਸੇ ਦੀ ਲੱਤ ਤੇ ਫੱਟ ਹੈ। ਯੋਗੀ ਅੱਲਾ ਯਾਰਖਾਂ ਕਹਿੰਦਾ, ਜਦੋਂ ਸਿੱਖ ਸੁੱਤੇ ਪਏ ਨੇ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੌਲੀ ਹੌਲੀ ਸਿੱਖਾਂ ਦੇ ਕੋਲ ਆਉਂਦੇ ਨੇ, ਪੈਰਾਂ ਦਾ ਖੜਾਕ ਨਹੀਂ ਹੋਣ ਦਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ, ਵੀ ਮਤਾਂ ਕਿਤੇ ਮੇਰੇ ਪੈਰਾਂ ਦੇ ਖੜਾਕ ਨਾਲ ਮੇਰੇ ਸੁੱਤੇ ਪਏ ਬੱਚਿਆਂ ਦੀ ਜਾਗ, ਅੱਖ ਨਾ ਖੁੱਲ ਜਾਵੇ, ਕਿਤੇ ਇਹ ਡਿਸਟਰਬ ਨਾ ਹੋ ਜਾਣ, ਕਿਤੇ ਇਹਨਾਂ ਦੀ ਨੀਂਦ ਨਾ ਖਰਾਬ ਹੋ ਜਾਏ। ਪੋਲੇ ਪੋਲੇ ਪੈਰਾਂ ਨਾਲ ਸਿੱਖਾਂ ਕੋਲੇ ਆਉਂਦੇ ਨੇ, ਜਦੋਂ ਵੇਖਦੇ ਨੇ ਨਾ ਘੰਡੀ ਤੇ ਜ਼ਖਮ ਹੋਇਆ, ਗੁਰੂ ਗੋਬਿੰਦ ਸਿੰਘ ਝੁੱਕ ਕੇ ਉਸ ਸਿੱਖ ਦੇ ਕੋਲੇ ਬੈਠ ਜਾਂਦੇ ਨੇ ਜਿਹੜਾ ਚਮਕੌਰ ਸਾਹਿਬ ਦੀ ਧਰਤੀ ਤੇ ਸੁੱਤਾ ਪਿਆ ਹੈ ਗੜੀ ਵਿੱਚ। ਦੇਖਦੇ ਨੇ ਪਾਸਾ ਲਈ ਪਿਆ ਤੇ ਇਹਦੀ ਘੰਡੀ ਤੇ ਜ਼ਖਮ ਹੈ, ਇਹਦੀ ਧੌਣ ਤੇ ਜ਼ਖਮ ਹੈ, ਗੁਰੂ ਗੋਬਿੰਦ ਸਿੰਘ ਝੁੱਕ ਕੇ ਬੈਠ ਜਾਂਦੇ ਨੇ ਜਿੱਥੇ ਜ਼ਖਮ ਹੋਇਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬੁੱਲਾਂ ਨਾਲ ਉਸ ਸਿੱਖ ਦੇ ਜ਼ਖਮ ਨੂੰ ਚੁੰਮਦੇ ਨੇ ਕਿ ਵਾਹ ਗੁਰੂ ਦਿਆ ਸਿੱਖਾ, ਤੂੰ ਗੁਰੂ ਤੋਂ ਆਪਣਾ ਆਪ ਕੁਰਬਾਨ ਕਰਨ ਦੇ ਲਈ ਕਿੰਨਾ ਤਿਆਰ ਹੈ, ਤੇਰੀ ਘੰਡੀ ਤੇ ਵੀ ਫੱਟ ਹੋ ਗਿਆ ਪਰ ਫਿਰ ਵੀ ਤੂੰ ਗੁਰੂ ਤੋਂ ਪਿੱਛੇ ਨਹੀਂ ਹਟਿਆ। ਸੁੱਤੇ ਪਏ ਸਿੱਖ ਦੇ ਘੰਡੀ ਦੇ ਜ਼ਖਮ ਨੂੰ ਗੁਰੂ ਪਾਤਸ਼ਾਹ ਚੁੰਮਦੇ ਨੇ, ਕਿਸੇ ਦੇ ਮੱਥੇ ਤੇ ਫੱਟ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੱਥੇ ਦੇ ਫੱਟ ਨੂੰ ਚੁੰਮਦੇ ਨੇ। ਕਹਿੰਦੇ ਸਿਰ ਵਾਲੇ ਪਾਸਿਓਂ ਤੁਰਦੇ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਪੈਰਾਂ ਵਾਲੇ ਪਾਸੇ ਆ ਜਾਂਦੇ ਨੇ, ਵੇਖਦੇ ਨੇ ਪੈਰਾਂ 'ਚੋਂ ਜੋੜੇ ਲਹਿ ਚੁੱਕੇ ਨੇ, ਆਨੰਦਪੁਰ ਤੋਂ ਤੁਰੇ ਨੇ, ਕਿਸੇ ਦੇ ਗੂਠੇ ਤੇ ਫੱਟ ਹੈ, ਕਿਸੇ ਦੀ ਅੱਡੀ ਤੇ ਫੱਟ ਹੈ,
ਮੱਥਾ ਚੁੰਮਣ ਵਾਲੇ ਗੁਰੂ ਗੋਬਿੰਦ ਸਿੰਘ, ਘੰਡੀ ਚੁੰਮਣ ਵਾਲੇ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਪੈਰਾਂ ਵਾਲੇ ਪਾਸੇ ਆਉਂਦੇ ਨੇ। ਯੋਗੀ ਅੱਲਾ ਯਾਰ ਖਾਨ ਲਿਖਦਾ, ਗੁਰੂ ਗੋਬਿੰਦ ਸਿੰਘ ਝੁਕਦੇ ਨੇ, ਝੁੱਕ ਕੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਦੇ ਪੈਰ ਨੂੰ ਵੀ ਆਪਣੇ ਬੁੱਲਾਂ ਨਾਲ ਚੁੰਮ ਲੈਂਦੇ ਨੇ ਕਿ ਸਿੱਖਾਂ ਮੈਂ ਕੁਰਬਾਨ ਜਾਵਾਂ ਤੇਰੇ ਸਿਦਕ ਤੋਂ ਤੇ ਗੁਰੂ ਤੋਂ ਸਾਰਾ ਕੁਝ ਕੁਰਬਾਨ ਕਰਨ ਵਾਲਿਆ, ਜਿਹੜੇ ਚਰਨਾਂ ਨਾਲ ਜਿਹੜੇ ਪੈਰਾਂ ਨਾਲ ਗੁਰੂ ਦੇ ਦੱਸੇ ਰਸਤੇ ਤੇ ਤੁਰ ਰਿਹਾ, ਮੈਂ ਇਹਨਾਂ ਪੈਰਾਂ ਨੂੰ ਚੁੰਮਾਂ। ਯੋਗੀ ਅੱਲਾ ਯਾਰ ਖਾਨ ਲਿਖਦਾ, ਸੁੱਤੇ ਹੋਏ ਸਿੱਖਾਂ ਨੂੰ ਗੁਰੂ ਪਾਤਸ਼ਾਹ ਚੁੰਮਦੇ ਨੇ। ਚੂਮ ਤੇਥੇ ਹੋਲ ਕੁੰਮ ਦਹਿਨ ਚੂਮ ਨੇ ਬੈਠੇ, ਜਬ ਪੈਂਤੀ ਆਏ ਤੋ ਚਰਨ ਚੂਮ ਨੇ ਬੈਠੇ। ਗੜੀ ਚਮਕੌਰ ਦਾ ਇਤਿਹਾਸ ਹੈ, ਕਿੰਨਾ ਪਿਆਰ ਕਰਦਾ ਹੈ ਗੁਰੂ ਸਿੱਖਾ। ਏਦਾਂ ਦਾ ਗੁਰੂ ਮਿਲਣਾ ਤੈਨੂੰ ਕਿਤੇ? ਗੁਰੂ ਨੂੰ ਛੱਡ ਕੇ ਕਬਰਾਂ ਜੰਡਾਂ ਸਮਾਧਾਂ ਬਾਬਿਆਂ ਦੇ ਪੈਰਾਂ 'ਚ ਬੈਠਣ ਵਾਲਿਆ, ਗੁਰੂ ਗੋਬਿੰਦ ਸਿੰਘ ਦੀ ਜਿਹੜੀ ਇਸ ਕੁਰਬਾਨੀ ਨੂੰ ਆਪਣੀ ਸੁਰਤ ਵਿੱਚ ਲੈ ਕੇ ਆ ਕਰਦਾ।